ਚੰਡੀਗੜ੍ਹ ਇੰਡਸਟਰੀ ਏਰੀਆ ਫੇਸ 2 ਵਿੱਚ ਕਾਫੀ ਭਿਆਨਕ ਅੱਗ ਲੱਗੀ ਆ। ਔਰ ਤੁਸੀਂ ਤਸਵੀਰਾਂ ਦੇਖੋ, ਪਹਿਲਾਂ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਇੱਕ ਇਹ ਪਲਾਸਟਿਕ ਤੇ ਕਰੋਕਰੀ ਸਟੋਰ ਹੈ ਚੰਡੀਗੜ੍ਹ ਦੇ ਇੰਡਸਟਰੀ ਏਰੀਆ ਫੇਸ 2 ਚ। ਉੱਥੇ ਇਹ ਦੱਸਿਆ ਗਿਆ ਕਿ ਸਵੇਰੇ 10:30 ਵਜੇ ਜਿਹੜੀ ਕਾਲ ਆਈ ਹੈ, ਅੱਗ ਲੱਗਣੀ ਸ਼ੁਰੂ ਹੋਈ ਸੀ, ਕਿਉਂਕਿ ਗੋਡਾਊਨ ਹੈ, ਥੱਲੇ ਸ਼ੋਪ ਹੈ ਇੱਕ ਵੱਡੀ, ਔਰ ਉਸ ਵਕਤ ਗੋਡਾਊਨ ਹੈ, ਔਰ ਉਸ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋਈ ਹੈ। ਜਾਨ ਦਾ ਕੋਈ ਨੁਕਸਾਨ ਨਹੀਂ, ਲੇਕਿਨ ਕਿੰਨਾ ਨੁਕਸਾਨ ਹੋਇਆ ਔਰ ਉਹ ਬਾਅਦ ਦੀ ਗੱਲ ਹੈ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਇਹ ਵੱਡੀ ਰਾਹਤ ਦੀ ਗੱਲ ਹੈ। ਔਰ ਜੇ ਆਪਾਂ ਗੱਲ ਕਰੀਏ ਫਾਇਰ ਬ੍ਰਿਗੇਡ ਦੀ, ਤਾਂ 14 ਗੱਡੀਆਂ ਪਾਣੀ ਬੁਝਾਉਣ 'ਚ ਹਾਲੇ ਤੱਕ ਯੂਜ਼ ਹੋ ਚੁੱਕੀਆਂ ਨੇ। ਜੀ ਹਾਂ, 14 ਤੋਂ ਜ਼ਿਆਦਾ ਗੱਡੀਆਂ, ਔਰ ਹਾਲੇ ਵੀ ਦੁਪਹਿਰ ਦਾ ਸਮਾਂ, ਤੁਸੀਂ ਦੇਖੋ ਤਸਵੀਰਾਂ ਰਾਹੀਂ ਕਿ ਹਾਲੇ ਵੀ ਉੱਪਰੋਂ ਧੂੰਆਂ ਤੁਹਾਨੂੰ ਨਜ਼ਰ ਆ ਰਿਹਾ ਹੋਗਾ। ਯਾਨੀ ਕਿ ਇਟ ਮੀਨਸ ਅੰਦਰ ਗੋਡਾਊਨ ਦੇ ਅੰਦਰ ਕਿਤੇ ਨਾ ਕਿਤੇ ਅੱਗ ਅੰਦਰ ਹੈ ਜਿਹੜੀ ਭਬਕ ਰਹੀ ਹੈ। ਔਰ ਇਸ ਕਰਕੇ 14 ਗੱਡੀਆਂ ਹਾਲੇ ਤੱਕ ਜਿਹੜੀ ਹੈਗੀਆਂ ਉਹ ਫਾਇਰ ਬ੍ਰਿਗੇਡ ਦੀ ਇੱਥੇ ਯੂਜ਼ ਹੋ ਚੁੱਕੀਆਂ ਨੇ। ਲਗਾਤਾਰ ਫਾਇਰ ਬ੍ਰਿਗੇਡ ਦੀ ਗੱਡੀਆਂ ਇੱਥੇ ਹਾਲੇ ਮੌਜੂਦ ਹੈ, ਔਰ ਧੂੰਏ ਦੇ ਕਾਰਨ ਕਾਫੀ ਬੋਲਣ 'ਚ ਵੀ ਕਾਫੀ ਪਰੇਸ਼ਾਨੀ ਤੁਹਾਨੂੰ ਨਜ਼ਰ ਆ ਰਹੀ ਹੋਣੀ। ਇਹ ਉਹ ਬਿਲਡਿੰਗ ਹੈ ਜਿੱਥੇ ਅੱਗ ਲੱਗੀ, ਪੂਰਾ ਗੋਡਾਊਨ ਹੈ, ਔਰ ਇਸ ਸੀਡੀ ਦੇ ਰਾਹੀਂ ਅੰਦਰ ਜਿਹੜਾ ਹੈ ਫਾਇਰ ਬ੍ਰਿਗੇਡ ਦੇ ਕਰਮਚਾਰੀ ਜਿਹੜੇ ਤੁਸੀਂ ਦੇਖ ਰਹੇ ਹੋ ਤਸਵੀਰਾਂ 'ਚੋਂ, ਪਾਣੀ ਅੰਦਰ ਪਹੁੰਚਾ ਕੇ, ਯਾਨੀ ਕਿ ਅੱਗ ਜਿਹੜੀ ਹੈਗੀ ਹੈ ਕੋਈ ਅੰਦਰ ਜਿਹੜੀ ਹੈ ਉਹਨੂੰ ਬੁਝਾਉਣ ਦੀ ਕੋਸ਼ਿਸ਼ ਲੱਗੇ ਹੋਏ ਨੇ। 14 ਗੱਡੀਆਂ ਹਾਲੇ ਤੱਕ ਯੂਜ਼ ਹੋ ਚੁੱਕੀਆਂ ਨੇ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਗੋਡਾਊਨ 'ਚ ਜਿਹੜਾ ਹੈ ਉਹ ਅੱਗ ਲੱਗੀ ਹੈ, ਕਿਉਂਕਿ ਕਰੋਕਰੀ ਸਟੋਰ ਸੀ, ਪਿੱਛੇ ਗੋਡਾਊਨ ਸੀ। ਔਰ ਸਵੇਰੇ ਕਹਿੰਦੇ 10:30 ਸਮੇਂ ਜਦੋਂ ਅੱਗ ਲੱਗੀ ਹੈ ਦੱਸਿਆ ਜਾ ਰਿਹਾ, ਔਰ ਫਾਇਰ ਬ੍ਰਿਗੇਡ ਲਗਾਤਾਰ ਕੋਸ਼ਿਸ਼ 'ਚ ਲੱਗਿਆ ਹੋਇਆ ਹੈ। ਬਾਰ ਬਾਰ ਜ਼ਿਕਰ ਕਰ ਰਿਹਾ ਕਿ 14 ਗੱਡੀਆਂ, ਯਾਨੀ ਕਿ ਅੱਗ ਕਿਤੇ ਨਾ ਕਿਤੇ ਭਿਆਨਕ ਸੀ, ਇਸ ਕਰਕੇ 14 ਗੱਡੀਆਂ ਤਾਂ ਹੀ ਲੱਗਦੀਆਂ ਜਦੋਂ ਅੱਗ ਕਿਤੇ ਨਾ ਕਿਤੇ ਭਿਆਨਕ ਹੁੰਦੀ ਹੈ। ਇਹ ਤੁਹਾਨੂੰ ਤਸਵੀਰ ਦਿਖਾਈ ਹੈ, ਇਹ ਬੈਕ ਏਰੀਆ ਹੈ, ਅੰਦਰ ਤੁਸੀਂ ਦੇਖੋ ਤਸਵੀਰਾਂ ਰਾਹੀਂ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹ ਅੰਦਰ ਮੌਜੂਦ ਨੇ ਔਰ ਲਗਾਤਾਰ ਜਿਹੜੀ ਹੈ ਉਹ ਅੱਗ ਬੁਝਾਉਣ ਦਾ ਪ੍ਰਯਾਸ ਜਾਰੀ ਹੈ। ਹਾਲੇ ਵੀ ਹੋਰ ਗੱਡੀਆਂ ਸ਼ਾਇਦ ਮੰਗਾਉਣ ਦੀ ਲੋੜ ਪੈ ਸਕਦੀ ਹੈ, ਕਿਉਂਕਿ ਪ੍ਰੋਪਰ ਜਦੋਂ ਤੱਕ ਪੂਰੀ ਅੰਦਰ ਤੱਕ ਅੱਗ ਸ਼ਾਂਤ ਨਾ ਹੋ ਜਾਵੇ ਤਾਂ ਫਾਇਰ ਬ੍ਰਿਗੇਡ ਇੱਥੋਂ ਹਟੇਗੀ। ਹੋਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ, ਧੂੰਆਂ ਲਗਾਤਾਰ, ਧੂੰਆਂ ਇਸ ਬਿਲਡਿੰਗ ਦੇ ਉੱਪਰਲੇ ਹਿੱਸੇ ਤੋਂ ਧੂੰਆਂ ਨਜ਼ਰ ਆਏਗਾ। ਇੱਕ ਵਾਰ ਮੈਂ ਵੀਡੀਓ ਜਰਨਲਿਸਟ ਨੂੰ ਕਹਾਂਗਾ ਤੁਹਾਨੂੰ ਧੂੰਆਂ ਦਾ ਵੀ ਦਿਖਾ, ਦੇਖੋ ਤੁਸੀਂ ਦੇਖੋ ਕਿ ਇਹ ਕਿਤੇ ਨਾ ਕਿਤੇ ਅੰਦਰ ਜਿਹੜੀ ਅੱਗ ਭਬਕਰੀ ਹੋਣੀ ਉਹਦਾ ਧੂੰਆਂ ਹਾਲੇ ਵੀ ਬਾਹਰ ਨਜ਼ਰ ਜਿਹੜਾ ਹੈ ਉਹ ਆ ਰਿਹਾ। ਔਰ ਇੱਕ ਵਾਰ ਭੈ ਦਾ ਮਾਹੌਲ ਜ਼ਰੂਰ ਸੀਗਾ, ਕਿਉਂਕਿ ਜਦੋਂ ਕਿਤੇ ਐਡੀ ਵੱਡੀ ਅੱਗ ਲੱਗਦੀ ਹੈ ਨੈਚੁਰਲੀ ਭੈ ਦਾ ਮਾਹੌਲ ਜ਼ਰੂਰ ਹੁੰਦਾ। ਔਰ ਗੱਡੀਆਂ ਫਾਇਰ ਬ੍ਰਿਗੇਡ ਦੀਆਂ, ਕਰਮਚਾਰੀ ਮੌਜੂਦ ਨੇ, ਸਮਾਨ ਜਿਹੜਾ ਤੁਸੀਂ ਹੈ ਸਾਰਾ ਉਹ ਦੇਖ ਰਹੇ ਹੋ ਤਸਵੀਰਾਂ 'ਚ ਕਿ ਇਹ ਹੈਗਾ ਸਟੋਰ, ਥੱਲੇ ਸਟੋਰ ਹੈ, ਉੱਪਰ ਗੋਡਾਊਨ ਹੈ ਜਿੱਥੇ ਅੱਗ ਲੱਗੀ ਸੀ, ਔਰ ਲਗਾਤਾਰ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਨੇ। ਔਰ ਤਸਵੀਰਾਂ ਤੁਸੀਂ ਦੇਖੋ ਕਿ ਇਹਦੇ ਉੱਪਰ ਵੀ, ਕਿਉਂਕਿ ਪਾਣੀ ਦਾ ਜਿਹੜਾ ਪਾਈਪ ਉੱਪਰ ਜਾ ਕੇ ਗਿਆ ਹੋਇਆ, ਔਰ ਅੰਦਰ ਦਾ ਹਾਲ ਤੁਸੀਂ ਜਿਹੜੋ ਕਿ ਅੱਗ ਤੋਂ ਕਾਫੀ ਨੁਕਸਾਨ ਜਿਹੜਾ ਹੈ ਉਹ ਤਸਵੀਰਾਂ 'ਚ ਸਾਫ਼ ਨਜ਼ਰ ਆ ਰਿਹਾ, ਕਿਤੇ ਨਾ ਕਿਤੇ ਦੇਖ ਸਕਦੇ ਹਾਂ। ਔਰ ਹਾਲੇ ਅੰਦਰ ਜਾਣ ਦੀ ਜਿਹੜੀ ਹੈਗੀ ਹੈ ਉਹ ਦੇਖ ਲੈਣਾ, ਉਹ ਤਸਵੀਰਾਂ ਬਹੁਤ ਇੰਪੋਰਟੈਂਟ ਨੇ, ਔਰ ਜਾਨੀ ਨੁਕਸਾਨ ਨਹੀਂ ਹੋਇਆ, ਇਹ ਰਾਹਤ ਦੀ ਗੱਲ ਹੈ। ਲੇਕਿਨ ਹਾਲੇ ਵੀ ਫਾਇਰ ਬ੍ਰਿਗੇਡ ਦੇ ਜਿਹੜੇ ਕਰਮਚਾਰੀ ਨੇ ਉਹ ਅੰਦਰ ਮੌਜੂਦ ਨੇ, ਕਿਉਂਕਿ ਇਹ ਸਟੋਰ ਵੀ ਹੈ ਅਤੇ ਸ਼ੋਪ ਵੀ ਹੈ, ਗੋਡਾਊਨ ਪਿੱਛੇ ਹੈ ਜਿੱਦਾਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਉੱਪਰ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਔਰ ਪੁਲਿਸ ਨੇ ਬੈਰੀਕੇਡਿੰਗ ਵੀ ਕੀਤੀ ਹੋਈ ਹੈ, ਇੱਕ ਰਸਤਾ ਬੰਦ ਵੀ ਕੀਤਾ ਹੋਇਆ, ਪੁਲਿਸ ਦੇ ਕਰਮਚਾਰੀ ਇੱਥੇ ਮੌਜੂਦ ਨੇ, ਪ੍ਰਸ਼ਾਸਨ ਦੇ ਜਿਹੜੇ ਲੋਕਲ ਪੁਲਿਸ ਦੇ ਅਤੇ ਪਲਸ ਦੇ ਉਹ ਇੱਥੇ ਮੌਜੂਦ ਨੇ, ਬੈਰੀਕੇਡਿੰਗ ਵੀ ਇੱਕ ਰਸਤਾ ਬੰਦ ਕੀਤਾ ਹੋਇਆ। ਲੇਕਿਨ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਾਂ ਕਿ ਇਹ ਉਹ ਸਟੋਰ ਹੈ ਜਿੱਥੇ ਅੱਗ ਲੱਗੀ ਹੈ, ਲਗਾਤਾਰ ਫਾਇਰ ਬ੍ਰਿਗੇਡ ਦੀ ਗੱਡੀ ਫਰੰਟ ਗੇਟ 'ਤੇ, ਔਰ ਇਹ ਬਾਹਰ ਆਉਂਦੇ ਹੋਏ, ਤਸਵੀਰਾਂ ਦੇਖੋ ਬਾਹਰ ਆਉਂਦੇ ਹੋਏ ਇਹ ਜਿਹੜੇ ਹੈਗੇ
ਅੱਗ ਬੁਝਾਉਣ ਦੀ ਜ਼ਿੰਮੇਦਾਰੀ ਲਗਾਤਾਰ ਇਹ ਕਰਮਚਾਰੀ ਹੁਣੇ ਬਾਹਰ ਆਏ ਨੇ, ਫਾਇਰ ਫਾਈਟਰਸ ਇਹਨਾਂ ਨੂੰ ਕਹਿੰਦੇ ਨੇ, ਜਾਨ ਜੋਖਿਮ 'ਤੇ ਪਾ ਕੇ ਅੱਗ ਬੁਝਾਉਣ ਦਾ ਕੰਮ ਹੁੰਦਾ ਜਿਹੜਾ ਉਹ ਕਰਦੇ ਨੇ, ਔਰ ਹਾਲੇ ਵੀ ਧੂੰਆਂ ਕਿਤੇ ਨਾ ਕਿਤੇ ਨਿਕਲਦਾ ਨਜ਼ਰ ਆ ਰਿਹਾ ਤਸਵੀਰਾਂ 'ਚ ਤੁਸੀਂ ਦੇਖੋ। ਔਰ ਫਾਇਰ ਬ੍ਰਿਗੇਡ ਦੀ 14 ਗੱਡੀਆਂ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ, 14 ਗੱਡੀਆਂ ਔਰ ਇੱਥੇ ਯੂਜ਼ ਹੋ ਚੁੱਕੇ ਨੇ ਪਾਣੀ ਦੀ। ਇਹ ਜਿਹੜੀ ਤਸਵੀਰ ਹੈ ਕਿ ਉੱਪਰ ਧੂੰਆਂ ਕਿਉਂ ਨਿਕਲ ਰਿਹਾ, ਉਹ ਹਾਲੇ ਲਗਾਤਾਰ ਇੱਥੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਔਰ ਲਗਾਤਾਰ ਇਸ ਚੀਜ਼ ਨੂੰ ਦੇਖ ਰਹੇ ਨੇ ਕਿ ਕਿੱਥੇ ਅੱਗ ਲੱਗੀ ਹੋਈ ਹੈ, ਤਾਂ ਕਿ ਕੋਈ ਕੋਨਾ ਬਚੇ ਨਾ। ਤਸਵੀਰਾਂ ਤੁਸੀਂ ਦੇਖੋ, ਉੱਤੇ ਵੀ ਲੋਕ ਮੌਜੂਦ ਨੇ, ਕਿਉਂਕਿ ਧੂੰਏ ਦਾ ਗੁਬਾਰ ਇੱਕਦਮ ਪਹਿਲਾਂ ਕਾਫੀ ਸੀਗਾ, ਹੁਣ ਥੋੜ੍ਹਾ ਘਟਿਆ ਹੈ। ਔਰ ਫਾਇਰ ਬ੍ਰਿਗੇਡ ਦੀ ਤੁਸੀਂ ਦੇਖੋ ਸਾਡੇ ਸਾਹਮਣੇ 1, 2, 3 ਗੱਡੀਆਂ ਇੱਥੇ ਮੌਜੂਦ ਨੇ, ਔਰ ਦੱਸਿਆ ਗਿਆ 14 ਗੱਡੀਆਂ ਯੂਜ਼ ਹੋ ਚੁੱਕੀਆਂ ਨੇ। ਫਿਲਹਾਲ ਜਾਨੀ ਨੁਕਸਾਨ ਨਹੀਂ ਹੋਇਆ, ਲੋਕ ਇੱਥੇ ਮੌਜੂਦ ਨੇ ਔਰ ਸਮੇਂ ਰਹਿੰਦੇ ਸ਼ਾਇਦ ਅੱਗ 'ਤੇ ਕਾਬੂ ਪਾ ਲਿੱਤਾ ਗਿਆ, ਇਸੇ ਕਰਕੇ ਜਾਨੀ ਨੁਕਸਾਨ ਜ਼ਿਆਦਾ ਨਹੀਂ ਹੋਇਆ। ਔਰ ਇਹ ਤਸਵੀਰਾਂ ਦੇਖੋ, ਸਮਾਨ ਹੈ ਜਿਹੜਾ ਕਰੋਕਰੀ ਅਤੇ ਪਲਾਸਟਿਕ ਸਟੋਰ, ਇਸ 'ਚ ਇਸ ਇੰਡਸਟਰੀ ਦੀ ਇਹ ਸ਼ੋਪ ਹੈ, ਦੁਕਾਨ ਹੈ ਜਿਹੜੀ, ਇੱਥੇ ਅੱਗ ਲੱਗੀ ਸੀ ਔਰ ਫਾਇਰ ਬ੍ਰਿਗੇਡ ਅਤੇ ਪੁਲਿਸ ਦੀ ਮਦਦ ਨਾਲ ਇਹਨੂੰ ਕਾਬੂ ਕਰ ਲਿਆ ਗਿਆ। ਤਸਵੀਰਾਂ ਤੁਸੀਂ ਦੇਖੋ ਕਿ ਕਾਫੀ ਜ਼ਿਆਦਾ ਵੱਡੀ ਅੱਗ ਸੀ ਔਰ ਸਮਾਨ ਜਿਹੜਾ ਹੈ ਉਹ ਅੰਦਰ ਉਹ ਇੱਥੇ ਨਜ਼ਰ ਆਏਗਾ, ਕਿਉਂਕਿ ਇਹ ਸਾਰਾ ਜਿਹੜਾ ਸਮਾਨ ਤੁਸੀਂ ਦੇਖ ਰਹੇ ਹੋ ਬਾਹਰ ਤਸਵੀਰਾਂ ਰਾਹੀਂ, ਉਹਦੇ 'ਚ ਵੀ ਤੁਹਾਨੂੰ ਨਜ਼ਰ ਆਏਗਾ ਕਿ ਕਿਵੇਂ ਅੱਗ ਲੱਗੀ ਔਰ ਉੱਪਰ ਜਾ ਕੇ ਹਲੇ ਵੀ ਜਿਹੜਾ ਧੂੰਆਂ ਦੇਖੋ ਤੁਸੀਂ ਤਸਵੀਰਾਂ ਰਾਹੀਂ ਦੇਖੋ ਕਿ ਹਲੇ ਵੀ ਜਿਹੜਾ ਧੂੰਆਂ ਉਹ ਇੱਥੇ ਨਜ਼ਰ ਆ ਰਿਹਾ ਹੋਣਾ। ਇੱਕ ਵਾਰ ਗੱਲ ਕਰਨ ਦੀ, ਆਪਕੀ ਸ਼ੋਪ ਹੈ ਜੀ? ਆਪਕੀ ਸ਼ੋਪ ਹੈ? ਅੱਛਾ ਜੀ, ਕਿੰਨੇ ਵਜੇ ਅੱਗ ਲੱਗੀ? ਇਹ ਲਗਭਗ 10:15 ਵਜੇ ਲੱਗੀ ਸੀ ਅੱਗ। ਅੱਛਾ, 10-15 ਪੇ ਕਹਾਂ ਪੇ ਲੱਗੀ ਸੀ? ਮਤਲਬ ਇਹ ਉੱਪਰ ਉੱਪਰ ਟੋਪ ਫਲੋਰ ਪੇ। ਟੋਪ ਫਲੋਰ ਪੇ, ਤਾਂ ਆਪ ਕਾਲ ਕੀ ਫਿਰ ਗਾੜੀਆਂ ਆਣੀ, ਕਿੰਨੇ ਵਜੇ ਪਹੁੰਚ ਗਈ? ਗਾੜੀ ਆ ਗਈ ਸੀ 15-15 ਮਿੰਟ ਲੱਗੇ ਸੀ ਜੀ ਗਾੜੀਆਂ। ਜਾਨੀ ਨੁਕਸਾਨ ਤਾਂ ਨਹੀਂ? ਨਹੀਂ, ਜਾਨੀ ਨੁਕਸਾਨ ਕੋਈ ਨਹੀਂ ਹੈ, ਜਾਨੀ ਨੁਕਸਾਨ ਕੋਈ ਨਹੀਂ, ਬਾਕੀ ਠੀਕ ਹੈ, ਸੇਫ ਹੈ ਫਿਰ ਵੀ। ਚਲੋ, ਮਾਲ ਨੁਕਸਾਨ ਤੋਂ ਜੋ ਹੈ ਉਹ ਤਾਂ ਹੈ ਹੀ ਹੈ, ਜੋ ਨੁਕਸਾਨ ਹੋ ਹਾਂ ਉਹ ਤਾਂ ਹੈ ਹੀ ਹੈ ਜੋ ਹੈ। ਬਾਕੀ ਰੀਜ਼ਨ ਕਿਆ ਹੈ? ਰੀਜ਼ਨ ਸ਼ੋਰਟ ਸਰਕਟ, ਥੋੜ੍ਹਾ ਸਾ ਆਪਣਾ ਇਹ ਫਾਇਰ ਕੀ ਆਪਣਾ ਇਹ ਫਿਟਿੰਗ ਚੱਲ ਰਹੀ ਸੀ, ਤੋ ਥੋੜ੍ਹਾ ਕੁਛ ਉਸਕੀ ਵਜ੍ਹਾ ਸੇ ਫਾਇਰ ਜੋ ਹੈ ਅਬ ਕਾਬੂ ਪਾ ਲਿਆ ਗਿਆ। ਅਭੀ ਥੋੜ੍ਹਾ ਰਹਿਤਾ ਉੱਪਰ ਕਾਬੂ ਪਾਣਾ, ਹਾਂ ਅਭੀ ਹੈ ਉੱਪਰ ਆਗ ਹੈ। ਕਿਤਨੇ ਵਰਗ ਮੀਟਰ ਹੈ ਆਪਕਾ, ਕਿਤਨਾ ਬੜਾ ਹੈ? ਹਾਂਜੀ, ਕਿਤਨਾ ਬੜਾ ਗੋਡਾਊਨ ਹੈ ਆਪਕਾ, ਸ਼ੋਪ ਔਰ ਗੋਡਾਊਨ? ਪਿੱਛੇ ਗੋਡਾਊਨ ਹੈ? ਪਿੱਛੇ ਗੋਡਾਊਨ ਹੈ, ਵਹਾਂ ਪੇ ਆਗ ਲੱਗੀ? ਹਾਂ, ਪਿੱਛੇ ਉੱਪਰ ਗੋਡਾਊਨ ਮੇਂ ਆਗ ਲੱਗੀ। ਕਿਆ ਨਾਮ ਹੈ ਆਪਕਾ? ਕਮਲ ਗਰਗ। ਕਮਲ ਗਰਗ।